ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਆਖਿਰਕਾਰ ਆ ਹੀ ਗਈ ਉਹ ਖੁਸ਼ੀ ਦੀ ਖਬਰ ਜਿਸ ਦਾ ਸੀ ਸਭ ਨੂੰ ਇੰਤਜ਼ਾਰ ਇਟਲੀ ਦੇ ਵਿੱਚ ਰਹਿ ਰਹੇ ਕੱਚੇ ਬੰਦੇ ਹੁਣ ਲੈ ਸਕਦੇ ਨੇ ਸੁੱਖ ਦਾ ਸਾਹ ਆਖਿਰਕਾਰ ਖੇਤੀਬਾੜੀ ਮੰਤਰਾਲੇ ਐਗਰੀਕਲਚਰ ਮਨਿਸਟਰ ਸ਼੍ਰੀਮਤੀ ਤੇਰੇਜ਼ਾ ਬੈੱਲਾ ਨੋਵਾ ਦੀ ਹੋਈ ਜਿੱਤ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਕਰੋ ਬੰਦਿਆਂ ਨੂੰ ਪੱਕਾ ਨਹੀਂ ਤੇ ਮੈਂ ਮਾਰ ਦੇਣੀ ਆ ਕੁਰਸੀ ਨੂੰ ਲੱਤ ਕਹਿਣ ਦਾ ਮਤਲਬ ਜੇ ਆਪਣੀ ਮਿਨਿਸਟਰ ਐਗਰੀਕਲਚਰ ਮਿਨਿਸਟਰ ਅਸਤੀਫਾ ਦੇ ਦਿੰਦੀ ਸੀ ਤਾਂ ਬਾਅਦ ਵਿੱਚ ਸਰਕਾਰ ਵੀ ਖਿਲਰ ਸਕਦੀ ਸੀ ਜੋ ਕਿ ਗੱਲਾਂ ਸਾਹਮਣੇ ਆ ਰਹੀਆਂ ਨੇ ਸਰਕਾਰ ਦੀ ਆਪਸ ਵਿੱਚ ਹੁਣ ਤਾਮ ਜਾਮ ਘੱਟ ਚੱਲ ਰਹੇ ਨੇ ਘੱਟ ਬਣ ਰਹੀ ਆ ਮਿਲੀ ਜਾਣਕਾਰੀ ਅਨੁਸਾਰ ਬੰਦਾ ਜਿਹੜਾ ਪੱਕਾ ਹੋਣ ਜਾ ਰਿਹਾ ਜੀ ਉਹਨੂੰ ਦੀ ਗਿਣਤੀ 5 ਲੱਖ ਹੈ 5 ਲੱਖ ਬੰਦੇ ਨੂੰ ਕੀਤਾ ਜਾਵੇਗਾ ਪੱਕਾ ਇਹ ਫੈਸਲਾ ਕੱਲ੍ਹ ਦੇਰ ਰਾਤ ਤੱਕ ਚੱਲੀ ਮੀਟਿੰਗ ਕਾਰਨ ਹੀ ਹੋਣਾ ਸੰਭਵ ਹੋ ਪਾਇਆ ਜੀ ਅਤੇ ਇਹਦੀਆਂ ਜਿਹੜੀਆਂ ਪਹਿਲੀਆਂ ਖਬਰਾਂ ਅੱਜ ਸਵੇਰੇ ਸਾਜਰੇ ਹੀ 10:30 ਵਜੇ ਆਉਣੀਆਂ ਸ਼ੁਰੂ ਹੋ ਗਈਆਂ ਸੀ ਫਿਲਹਾਲ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਆ ਉਹ ਦੱਸ ਰਿਹਾ ਜੀ ਖੇਤਾਂ ਦੇ ਵਿੱਚ 2 ਲੱਖ ਬੰਦੇ ਦੀ ਖਪਤ ਆ ਰਹੀ ਹੈ ਘਾਟਾ 2 ਲੱਖ ਬੰਦਿਆਂ ਦਾ ਕਿਉਂਕਿ ਜਿਹੜੇ ਯੂਰਪ ਦੇ ਦੂਜੀਆਂ ਕੰਟਰੀਆਂ ਤੋਂ 2 ਲੱਖ ਬੰਦਾ ਕੰਮ ਕਰਨ ਦੇ ਲਈ ਨਹੀਂ ਆਇਆ ਪਰ ਫਿਰ ਵੀ ਸੇਫਟੀ ਦੇ ਲਈ 5 ਲੱਖ ਬੰਦਾ ਪੱਕਾ ਕੀਤਾ ਜਾ ਰਿਹਾ ਇਹਨਾਂ 5 ਲੱਖ ਬੰਦਿਆਂ ਦੇ ਵਿੱਚ ਉਮੀਦ ਹੈ ਕਿ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇਗਾ ਗੱਲ ਪਰ ਇੱਥੇ ਹੀ ਖਤਮ ਨਹੀਂ ਹੁੰਦੀ ਫਿਲਮ ਹਜੇ ਥੋੜ੍ਹੀ ਰਹਿੰਦੀ ਹੈ ਜੀ ਇਹ ਜਿਹੜੀ ਸਜੋਰਨੋ ਆ 6 ਮਹੀਨੇ ਦੀ ਦਿੱਤੀ ਜਾਏਗੀ ਅਤੇ ਇਹ ਸਜੋਰਨੋ ਟੈਂਪਰਲੀ ਸਜੋਰਨੋ ਹੋਵੇਗੀ ਟੈਂਪਰਲੀ ਸਜੋਰਨੋ ਜ਼ਰੂਰ ਆ ਪਰ ਇਹ ਸਜੋਰਨੋ ਪੱਕੀ ਵੀ ਹੋ ਸਕਦੀ ਆ ਜੇਕਰ ਬੰਦੇ ਨੂੰ ਇਸ ਟਾਈਮ ਦਰਮਿਆਨ ਹੋਰ ਕੰਮ ਲੱਭ ਜਾਂਦਾ ਕਹਿਣ ਦਾ ਭਾਵ ਕੀ ਹੈ ਜੀ ਇਹ ਸਜੋਰਨੋ ਕਨਵਰਟ ਹੋ ਸਕਦੀ ਆ ਤੁਹਾਨੂੰ ਕੀ ਲੋੜ ਆ ਜੀ ਕੰਮ ਲੱਭਣ ਦੀ ਲੋੜ ਆ ਕੰਟਰੈਕਟ ਕਰਨ ਦੀ ਲੋੜ ਆ ਕੋਰੀਅਰੀ ਦੇ ਨਾਲ ਸ਼ੇਰਾਂ ਵੱਲੋਂ ਜਿਹੜੀ ਨਿਊਜ਼ ਆਈ ਸੀ ਉਹਦੇ ਹਿਸਾਬ ਨਾਲ ਮਾਲਕ ਦੇ ਅਪਲਾਈ ਕਰਨ ਦੇ ਨਾਲ ਜਿਸ ਬੰਦੇ ਨੇ ਪੱਕਾ ਹੋਣਾ ਆ ਉਹਨੂੰ ਵੀ ਦੁਮਾਂਦਾ ਕਰਨਾ ਪੈਣਾ ਆ ਅਤੇ ਜਿਹੜਾ ਉਹ ਦੁਮਾਂਦਾ ਕੀਤਾ ਉਸ ਦੁਮਾਂਦੇ ਦੇ ਨਾਲ ਦੁਮਾਂਦਾ ਐਪਲੀਕੇਸ਼ਨ ਦਰਖਾਸਤ ਉਸ ਬੰਦੇ ਨੂੰ ਜਿਹਨੇ ਆਪਣਾ ਦੁਮਾਂਦਾ ਕੀਤਾ ਲਿਖ ਕੇ ਦੇਣਾ ਪੈਣਾ ਕਿ ਮੈਂ ਖੇਤਾਂ ਦੇ ਵਿੱਚ ਪਹਿਲਾਂ ਵੀ ਕੰਮ ਕਰ ਚੁੱਕਾ ਜੀ ਅਤੇ ਇਹ ਜਿਸ ਟਾਈਮ ਦਰਖਾਸਤ ਹੁੰਦੀ ਹੈ ਐਪਲੀਕੇਸ਼ਨ ਹੁੰਦੀ ਆ ਦੁਮਾਂਦਾ ਹੁੰਦਾ ਜੀ ਇਹ ਬਕਾਇਦਾ ਇਹਦਾ ਚੈੱਕ ਕੀਤਾ ਜਾਣਾ ਜੀ ਇਹਦੀ ਜਾਂਚ ਪੜਤਾਲ ਕਰਨੀ ਆ ਲੇਬਰ ਮਹਿਕਮੇ ਦੇ ਇੰਸਪੈਕਟੋਰਾਤ ਦੇ ਲਵੋਰੋਂ ਦੇ ਉਹਨਾਂ ਨੇ ਜਾਂਚ ਕਰਨੀ ਹੈ ਕਿ ਕੀ ਜਿਹੜਾ ਬੰਦਾ ਮਾਲਕ ਕਹਿ ਰਿਹਾ ਕਿ ਮੈਨੂੰ ਫਲਾਨਾ ਬੰਦਾ ਚਾਹੀਦਾ ਕੀ ਉਸ ਧਿਮਕੜੇ ਮਾਲਕ ਦੇ ਕੋਲ ਫਲਾਨੇ ਬੰਦੇ ਨੂੰ ਰੱਖਣ ਲਈ ਪੈਸੇ ਦੇਣ ਲਈ ਜਗ੍ਹਾ ਹੈ ਕਿ ਸਿਰਫ ਇਹ 2 ਮਹੀਨੇ ਪਹਿਲਾਂ ਹੀ ਉੱਠੀ ਹੋਈ ਇੱਕ ਐਗਰੀਕਲਚਰ ਦੀ ਦੁਕਾਨ ਹੈ ਜਾਂ ਫਿਰ 1.5 ਖੇਤ ਆ ਜਿਹਦੇ ਵਿੱਚ 15-20 ਬੰਦੇ ਜਾਣੀ ਕਹਿਣ ਦਾ ਮਤਲਬ ਆ ਦੋ ਨੰਬਰ 'ਚ ਨਹੀਂ ਇਸ ਟਾਈਮ ਪੈਸੇ ਕਮਾਉਣ ਬਾਰੇ ਹੀ ਸੋਚ ਰਿਹਾ ਇਹਦੇ ਵਿੱਚ ਬਹੁਤ ਸਾਰੇ ਸ਼ੱਕ ਹੈ ਜੀ ਪੱਕਾ ਨਹੀਂ ਹੈ ਸ਼ੱਕ ਪੈ ਰਹੀ ਹੈ ਜੀ ਕਿ ਇਸ ਜਿਹੜੇ ਹੁਣ ਬੰਦੇ ਪੱਕੇ ਹੋਣੇ ਨੇ ਸਿਰਫ ਪਹਿਲੀ ਗੱਲ ਤਾਂ ਜਿਹਨਾਂ ਕੋਲ ਕੰਮ ਨੇ ਉਹਨਾਂ ਨੂੰ ਹੀ ਪੱਕੇ ਕੀਤਾ ਜਾਏਗਾ ਅਤੇ ਜਿਨ੍ਹਾਂ ਬੰਦਿਆਂ ਨੇ ਪਹਿਲਾਂ ਕੋਈ ਫਰੋਡ ਕੀਤੇ ਨੇ ਮਾਲਕਾਂ ਨੇ ਜਾਂ ਟੈਕਸ ਨਹੀਂ ਤਾਰਿਆ ਉਹਨਾਂ ਬੰਦੇ ਉਹ ਕਿਸੇ ਹੋਰ ਬੰਦੇ ਨੂੰ ਪੱਕਾ ਨਹੀਂ ਕਰਾ ਸਕਦੇ ਇਸ ਕਰਕੇ ਜੇਕਰ ਤੁਸੀਂ ਕਰਾਉਣਾ ਚਾਹੁੰਦੇ ਹਾਂ ਕਿਸੇ ਨੂੰ ਪੱਕਾ ਤੁਹਾਡੇ ਰਹਿੰਦੇ ਨੇ ਟੈਕਸ ਦੇ ਕੁਛ ਤਾਰਨ ਵਾਲੇ ਉਹ ਗੱਲਾਂ ਕਰ ਲਓ ਕਲੀਅਰ ਅਤੇ ਜਿਨ੍ਹਾਂ ਦੀਆਂ ਹੋਈਆਂ ਕਲੀਨ ਚਿੱਟਾਂ ਉਹ ਤਾਂ ਬੰਦੇ ਕਰਾ ਦੇਣਗੇ ਪੱਕੇ ਅਤੇ ਜੇ ਕੋਈ ਬੰਦਾ ਪਹਿਲੇ ਹੀ ਤੁਸੀਂ ਆਪ ਜ਼ਿਆਦਾ ਸਮਝਦਾਰ ਹੋ ਅਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕੋਸ਼ਿਸ਼ ਉਮੀਦ ਇਹ ਵੀ ਕੀਤੀ ਜਾਂਦੀ ਹੈ ਸ਼ੱਕ ਇਹ ਵੀ ਪੈ ਰਹੀ ਹੈ ਜੀ ਕਿ ਇਹਨਾਂ ਦੇ ਪੱਕੇ ਕਰਾਉਣ ਦੇ ਚੱਕਰਾਂ ਦੇ ਵਿੱਚ ਕਈ ਮਾਲਕਾਂ ਦੇ ਪੜਦੇ ਵੀ ਫਾਸ਼ ਹੋਣੇ ਨੇ ਸਾਵਧਾਨ ਹੋ ਜਾਇਓ ਜੀ ਜਿਹੜੇ ਬੰਦੇ ਬਿਲਕੁਲ ਠੀਕ ਨੰਬਰ 'ਚ ਕੰਮ ਕਰ ਰਹੇ ਨੇ ਉਹੀ ਪੱਕੇ ਕਰਾਉਣ ਦਾ ਸਟੈਪ ਚੱਕਿਓ ਨਹੀਂ ਤਾਂ ਇਹ ਉਹ ਗੱਲ ਨਾ ਹੋਵੇ ਕਿ ਲੈਣੇ ਦੇ ਦੇਣੇ ਪੈ ਜਾਣ ਬਹੁਤ ਧਿਆਨ ਦੇ ਨਾਲ ਹੀ ਕੰਮ ਕਰਿਓ ਇਹ ਬਹੁਤ ਜ਼ਿਆਦਾ ਚੈਕਿੰਗ ਹੋਣੀ ਹੈ ਸਾਡਾ ਕੰਮ ਤੁਹਾਨੂੰ ਸਾਵਧਾਨ ਕਰਨਾ ਹੈ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈਗਾ ਹੋ ਸਕਦਾ ਗੱਲ ਕਰਨ ਦੇ ਤਰੀਕੇ 'ਚ ਕਿਸੇ ਨੂੰ ਗਲਤ ਸਮਝ ਲੱਗੀ ਹੋਵੇ ਪਰ ਜੋ ਗੱਲ ਸੱਚ ਹੈ ਉਹ ਗੱਲ ਸੱਚ ਹੈ ਇਹ ਜਿਹੜੀ ਆ 6 ਮਹੀਨੇ ਦੀ ਸਜੋਰਨੋ ਮਿਲਣੀ ਹੈ ਟੈਂਪਰਲੀ ਹੋਰ ਕੰਟਰੈਕਟ ਮਿਲਣ 'ਤੇ ਜਿਹੜੀ ਸਜੋਰਨੋ ਵੱਧ ਜਾਣੀ ਆ 5 ਲੱਖ ਬੰਦਾ ਟੋਟਲ ਇਟਲੀ ਦੇ ਵਿੱਚ ਪੱਕਾ ਹੋਣ ਜਾ ਰਿਹਾ
बाकी ये जिहड़ा प्रोग्राम आ जो गल्लां तुहानूं दस्सियां गईयां ने हो सकदा एक दो दिन दे विच बदल जाण जां फिर यही रहण, कुछ बदलिया भी जा सकदा जां फिर इहदे विच कुछ पाया भी जा सकदा आ। ते इस करके कहिंदा मतलब कोई गल्लां ऐड कीतियां जा सकदियां, नवीं शर्तां भी ऐड कीतियां जा सकदियां ने। ते साडी कोशिश है जी तुहाडे तक बिल्कुल सही ते राइट इनफॉर्मेशन पहुँचाउण दी। ते कोशिश तुसीं भी करिओ कि सारिआं तक ये वीडियो नहीं तां इस इनफॉर्मेशन नूं जरूर पहुँचा दिओ। ते अपने जिहड़े वीर जिन्हां ने अपने काम आ ते जिन्हां ने टैक्स नहीं तारे जां फिर जिहड़े सोच रहे आ जिन्हां ने हुणे ही थोड़े टाइम पहलां ही अपना खेती दे काम शुरू कीते ने, इस ही चक्कर दे विच चाहे इस चक्कर दे विच ही कीते हुण कि बंदा पक्का करावांगे, वो मेरे वीर थोड़ा जिहा ख्याल रखण, ध्यान रखण, ये स्टैप चक्कण तो पहला चंगी तरह सोच लैन। जिन्हां मेरे वीरां दा खेती दा काम सी ते वह बिल्कुल ही सही ने, टैक्स उन्होंने तारिया, उन्होंने सिर कोई केस नहीं पहला चल रहा, तो उन्होंने कुछ डरन की लोड़ नहीं क्योंकि उन्होंने केस तकरीबन सारे पास हो जाने हैं। जिन्हां बंदियां सिर कोई केस चलता उन्होंने थोड़ा जिहा प्रॉब्लम हो सकती है। तो चलो चंगा जी, सत श्री अकाल सारिआं नूं, तुसीं सुन रहे सी कुलवीर सिंह दे नाल इटालियन खबरां पंजाबी दे विच। अज सी एक खुशखबरी दी गल जो कि तुहानूं दस्सी आ, हुण ये नहीं पता जी होर घंटे तक सरकार दा कोई होर बयान आ जाए, अगर कोई होर बयान आता तां अज शाम दीआं खबरां दे विच तुहानूं उहदे बारे भी असीं जरूर सुचेत करांगे। चंगा जी, सत श्री अकाल, कुलवीर सिंह दे नाल इटालियन खबरां पंजाबी दे विच। वाहिगुरू जी का खालसा, वाहिगुरू जी की फतेह।